ਪਿੱਪਲ ਦੇ ਦਰਖਤ ਦੇ ਦੋ ਪੱਤਿਆਂ ਤੋਂ ਇੱਕ ਅਨੋਖੀ ਬਿੱਲੀ ਬਣਾਓ। ਪਿੱਪਲ ਦੇ ਦਰਖਤ ਨੂੰ ਬੋਧੀ ਰੁੱਖ ਵੀ ਆਖਿਆ ਜਾਂਦਾ ਹੈ। ਇਸ ਦੇ ਪੱਤੇ ਦਿਲ ਦੇ ਆਕਾਰ ਦੇ ਹੁੰਦੇ ਹਨ। ਇੱਕ ਪੱਤਾ ਲਵੋ ਅਤੇ ਇਸ ਨੂੰ ਇਸ ਦੀ ਮੱਧ ਰੇਖਾ ਦੇ ਨਾਲ ਫਾੜੋ। ਇਸ ਨੂੰ ਬਿਨਾਂ ਕੈਂਚੀ ਦੀ ਵਰਤੋਂ ਕੀਤੇ ਤੁਸੀਂ ਆਪਣੇ ਹੱਥ ਨਾਲ ਕੱਟ ਸਕਦੇ ਹੋ। ਦੂਜਾ ਪੱਤਾ ਲਓ ਅਤੇ ਇਸ ਨੂੰ ਇਸ ਦੀਆਂ ਦੋ ਨਸਾਂ ਦੇ ਨਾਲ ਫਾੜੋ। ਇਸ ਦੇ ਉੱਪਰਲੇ ਹਿੱਸੇ ਤੋਂ ਥੋੜਾ ਜਿਹਾ ਹਿੱਸਾ ਕੱਟ ਦਿਓ। ਇਹ ਵੀ ਸ਼ੇਪ ਚਿਹਰਾ ਬਣਾਵੇਗਾ। ਇਸ ਦੇ ਥੱਲੇ ਵਾਲੇ ਹਿੱਸੇ ਤੋਂ ਤਣਾ ਹਟਾਓ। ਦੋ ਟ੍ਰਾਇੰਗਲ ਬਿੱਲੀ ਦੇ ਕੰਨਾਂ ਵਰਗੇ ਲੱਗਣਗੇ। ਚਿਹਰੇ ਅਤੇ ਧੜ ਨੂੰ ਜੋੜੋ ਅਤੇ ਬਹੁਤ ਸੋਹਣੀ ਬਿੱਲੀ ਬਣਾ ਦਿਓ। ਹੋਰ ਪੱਤੇ ਲੈ ਕੇ ਪੂਰਾ ਬਿੱਲੀ ਦਾ ਪਰਿਵਾਰ ਬਣਾਓ। ਲੱਖਾਂ ਕਰੋੜਾਂ ਅਤੇ ਅਰਬਾਂ ਬਿੱਲੀਆਂ ਬਣਾਓ।